ਕੋਠੀ ਤੇ ਵੀ ਬੱਚੀ ਲੱਗਦੀ ਜੀ ਮੈਂ ਬਹੁਤ ਦੁਖੀ ਹਾਂ। ਸਾਰੇ ਘਰ 'ਚ ਤਰੇੜ ਆ ਰਹੀ ਹੁਣ ਸਮਾਨ ਚੱਕ ਕੇ ਲੈ ਕੇ ਜਾਂਦੀ ਹੈ ਤੁਸੀਂ ਹੁਣ ਇੱਥੇ ਕਿਸੇ ਦਾ ਗੁਆਂਢੀਆਂ ਦਾ ਘਰ ਪੁੱਛੇ ਕਿਸੇ ਦਾ ਜੀ ਉਹ ਕਹਿੰਦੇ ਸਾਡੇ ਰਹਿ ਲਓ ਇੰਨੇ ਜੀ ਅਸੀਂ 10-11 ਸਾਲ ਹੋ ਗਏ ਪਹਿਲਾਂ ਮਕਾਨ ਬਣਾਇਆ ਸੀ ਇਹ ਜੀ 20 ਲੱਖ ਲਾ ਕੇ ਸਾਡੇ ਜੀ ਘਰ ਡਿੱਗ ਗਿਆ ਸੀ ਜੀ ਇਸ ਕਰਕੇ ਜੀ ਪਿੰਡ ਵਾਲਿਆਂ ਨੇ ਜੀ ਧਰਮਸ਼ਾਲਾ ਵਿੱਚ ਬਿਠਾਇਆ ਹੋਇਆ ਜੀ ਪਾਣੀ ਵਾਲੇ ਜਿਹੜੇ ਪਾਣੀ ਖਿੱਚਦੇ ਨੇ ਪੱਖੇ ਟਰੈਕਟਰਾਂ ਤੇ ਇੰਜਨ ਲਾ ਕੇ ਡਰੇਨ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਹਿਮਾਚਲ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਮੀਂਹ ਦੇ ਕਹਿਰ ਨੇ ਹੁਣ ਤੱਕ ਕਦੇ ਖੁਸ਼ੀ ਤੇ ਕਦੇ ਗਮ ਵਾਲਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ। ਦਰਅਸਲ ਸੰਗਰੂਰ ਦੇ ਲਹਿਰਗਾਗਾ ਦੇ ਪਿੰਡ ਲਹਿਲ ਕਲਾ 'ਚ ਪਿਛਲੇ ਕਈ ਦਿਨਾਂ ਤੋਂ ਜੋ ਰੁੱਕ ਰੁੱਕ ਕੇ ਬਾਰਿਸ਼ ਹੋ ਰਹੀ ਹੈ ਉਸਨੇ ਪਿੰਡ ਵਾਲਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ। ਦਰਜਨ ਦੇ ਕਰੀਬ ਘਰ ਮੀਂਹ ਕਰਕੇ ਢਹਿ ਢੇਰੀ ਹੋ ਗਏ ਨੇ ਜਿਸ ਤੋਂ ਬਾਅਦ ਪਰਿਵਾਰ ਆਪਣਾ ਬਚਿਆ ਖੁਚਿਆ ਸਮਾਨ ਲੈ ਕੇ ਪਿੰਡਾਂ ਦੇ ਗੁਰਦੁਆਰਿਆਂ ਤੇ ਧਰਮਸ਼ਾਲਾ 'ਚ ਮਾੜੇ ਹਾਲਾਤਾਂ 'ਚ ਜ਼ਿੰਦਗੀ ਲੰਘਾਉਣ ਦੇ ਲਈ ਮਜਬੂਰ ਹੋਏ ਪਏ ਨੇ। ਪੀੜਤ ਲੋਕਾਂ ਦੇ ਮੁਤਾਬਿਕ ਪਿੰਡ ਦੇ ਕਾਫੀ ਘਰ ਤਹਿਸ ਨਹਿਸ ਹੋ ਚੁੱਕੇ ਨੇ। ਉਹਨਾਂ ਦੇ ਪੱਕੇ ਘਰਾਂ 'ਚ ਵੀ ਦਰਾੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਉਹਨਾਂ ਨੇ ਕਈ ਘਰ ਆਪਣੇ ਸਾਹਮਣੇ ਪਿਛਲੇ ਪੰਡਤਾਂ ਦੀ ਗਲੀ 'ਚੋਂ ਪਾਣੀ ਆਉਂਦਾ ਜੀ। ਪਿੱਛੇ ਘਰ ਹੈ ਉੱਥੇ ਸਰਪੰਚ ਨਾਲ ਤੋੜ ਦਿੰਦਾ ਉਹਨਾਂ ਦੇ ਜਿੰਦੇ ਵੀ ਮਿੱਟੀ ਲਾ ਦੇ ਕੁਛ ਨਹੀਂ ਕਰ ਦਿੰਦੇ ਉਹਨਾਂ ਦਾ ਸਾਰਾ ਪਾਣੀ ਆ ਕੇ ਨਿਉਂ 'ਚ ਵੜਨ ਲੱਗ ਰਿਹਾ ਅਤੇ ਘਰ ਦਾ ਫਰਸ਼ ਬੈਠੀ ਜਾਂਦਾ ਲੈਂਟਰ ਵੀ ਹੁਣ ਥੱਲੇ ਨੂੰ ਬੈਠੀ ਜਾਂਦੇ ਜੀ ਸਾਰੇ ਘਰ 'ਚ ਤਰੇੜ ਆ ਰਹੀ ਹੁਣ ਸਮਾਨ ਚੱਕ ਕੇ ਲੈ ਕੇ ਜਾਂਦੇ ਜੀ ਤੁਸੀਂ ਹੁਣ ਇੱਥੇ ਕਿਸੇ ਦਾ ਗੁਆਂਢੀਆਂ ਦਾ ਘਰ ਪੁੱਛੇ ਕਿਸੇ ਦਾ ਜੀ ਉਹ ਕਹਿੰਦੇ ਸਾਡੇ ਰਹਿ ਲਓ ਇੰਨੇ ਫਿਰ ਦੇਖਾਂਗੇ ਜੀ ਬਾਕੀ ਕੋਠੀ ਤੇ ਵੀ 25 ਲੱਖ ਦੀ ਜੀ ਮੈਂ ਬਹੁਤ ਦੁਖੀ ਹਾਂ ਮਗਰ ਸਾਡਾ ਪਾਣੀ ਪੈ ਗਿਆ ਜੀ ਮੇਰੇ ਗਰੀਬ ਕੋਲ ਕੁਛ ਨਹੀਂ ਹੁਣ ਘਰ ਉੱਜੜ ਗਿਆ ਜੀ ਸਾਰੇ ਬੇਕਾਰ ਮੈਂ ਜੀ ਮੇਰਾ ਬੋਰ ਪੈ ਗਿਆ ਖੇਤ 'ਚ ਕੋਠਾ ਵੀ ਟਹਿ ਗਿਆ ਜੀ ਸਾਰੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੈ ਮੈਂ ਕੈਂਸਰ ਦਾ ਬਿਮਾਰ ਹਾਂ ਜੀ ਘਰ ਮੇਰੇ ਸਾਰਾ ਬਰਬਾਦ ਹੋ ਗਿਆ ਜੀ ਅਸੀਂ 10-11 ਸਾਲ ਹੋ ਗਏ ਪਹਿਲਾਂ ਮਕਾਨ ਬਣਾਇਆ ਸੀ ਇਹ ਜੀ 20 ਲੱਖ ਲਾ ਕੇ ਹੁਣ ਸਾਡੇ ਪਿਛਲੇ ਪਾਸੇ ਇੱਕ ਗਲੀ ਆ ਜੀ ਗਲੀ ਦਾ ਪਾਣੀ ਸਾਰਾ ਸਾਡੇ ਪਿਛਲੇ ਖਾਲੀ ਮਕਾਨ ਦੇ ਵਿੱਚ ਡਿੱਗ ਰਿਹਾ ਹੈ ਖਾਲੀ ਮਕਾਨ ਦੇ ਵਿੱਚੋਂ ਸਾਡੇ ਤਤੀਰੀਆਂ ਨਾਲ ਅੰਦਰ ਆ ਗਿਆ ਜੀ ਸਾਰੀਆਂ ਸਾਡੀਆਂ ਕੰਧਾਂ ਪਿਛਲੀਆਂ ਬਹਿ ਗਈਆਂ ਬਹਿ ਕੇ ਕੰਧਾਂ ਦੇ ਵਿੱਚ ਤਰੇੜਾਂ ਪੈ ਗਈਆਂ ਤਰੇੜਾਂ ਤੋਂ ਬਾਅਦ ਕੰਧਾਂ ਹਿੱਲ ਗਈਆਂ ਜੀ ਲੈਂਟਰ ਦੇ ਵਿੱਚ ਤਰੇੜਾਂ ਪੈ ਕੇ ਲੈਂਟਰ ਚੋਣ ਲੱਗ ਗਿਆ ਜੀ ਹੁਣ ਅੱਜ ਅਸੀਂ ਸਮਾਨ ਲਿਜਾ ਰਹੇ ਹਾਂ ਚੱਕ ਕੇ ਕਿਸੇ ਦੇ ਘਰ ਵਿੱਚ ਰੱਖ ਰਹੇ ਹਾਂ ਸਾਡੇ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਕੋਈ ਨਾ ਕੋਈ ਸਹਾਇਤਾ ਦੇਣੀ ਚਾਹੀਦੀ ਸਰਕਾਰ ਨੂੰ ਜੀ ਸਾਡੇ ਜੀ ਘਰ ਡਿੱਗ ਗਿਆ ਸੀ ਜੀ ਇਸ ਕਰਕੇ ਜੀ ਪਿੰਡ ਵਾਲਿਆਂ ਨੇ ਜੀ ਧਰਮਸ਼ਾਲਾ ਵਿੱਚ ਬਿਠਾਇਆ ਹੋਇਆ ਜੀ ਅਸੀਂ ਇੱਥੇ ਬੈਠੇ ਹਾਂ ਹੁਣ ਰਾਤਾਂ ਕੱਟਣਾ ਜੀ ਮਾਤਾ ਹੈ ਨਹੀਂ ਜੀ ਡੈਡੀ ਜੀ ਮਜ਼ਦੂਰੀ ਕਰਦੇ ਨਹੀਂ ਖੇਤ ਗਏ ਹੋਏ ਮੇਰਾ ਨਾਮ ਜੀ ਬੋਲਾ ਜੀ ਯਾ ਜੀ ਬਾਬਾ ਖੇੜੇ ਕਿੱਥੇ ਯਾ ਉਰੇ ਸਮਝ ਲਏ ਨਗਰ ਖੇੜਾ ਜਿਹੜਾ ਆਪਣਾ ਰਮਦਾਸ ਸਿੰਘ ਹੈਗਾ ਨਗਰ ਖੇੜੇ ਕੀ ਸਹਿ ਲੇਕ ਹੈ ਵੀ ਮਤਲਬ ਇਸ ਕਾਲ ਵਾਲੇ ਪਿੰਡ ਬਣਿਆ ਹੈ ਉਰੇ ਬਸ ਇਸੇ ਕਾਲ ਵਾਲਾ ਰਮਦਾਸ ਸਿੰਘ ਪੱਤੀ ਹੈ ਵਿੱਚੇ ਜ਼ਿਮੀਦਾਰ ਹੈ ਵਿੱਚੇ ਸਮਝ ਲਏ ਸਾਰੀ ਮਜ਼ਬੀ ਸਾਰਾ ਇਸ ਕਾਲ ਵਾਲੇ ਹਾਂ ਇੱਥੇ ਹੀ ਹੈ ਨਗਰ ਖੇੜੇ ਕਾ ਨਾਲ ਜੁੜਮੀ ਇਹ ਬੱਚੇ ਮਤਲਬ ਪਹਿਲਾਂ ਆਪਕੀ ਥੋੜ੍ਹੀ ਜਿਹੀ ਜਗ੍ਹਾ 'ਤੇ ਜਿਹੜੀ ਇਹਨਾਂ ਪੈ ਇਹ ਵੇਚ ਕੇ ਬਾਹਰ ਚਲੇ ਗਏ ਤੇ ਬਾਹਰ ਇਹਨਾਂ ਕਾ ਸਮਝ ਲਿਓ ਉੱਥੇ ਪਾਣੀ ਵੜ ਗਿਆ ਜੀ ਉਹ ਕਲੋਨੀ ਹੈ ਡਿੱਗਣ ਵਾਲੀ ਜਿਹੜੀ ਇਹਨਾਂ ਪੈ ਹੈਗੀ ਤੇ ਹੁਣ ਇਹ ਉੱਥੇ ਉੱਠ ਤੇ ਲਿਆ ਕੇ ਬੱਚੇ ਹੀ ਪਰਸੋਂ ਉਰੇ ਟਰਾਲੀ ਮੈਂ ਪਾ ਕੇ ਉਰੇ ਛੱਡ ਕੇ ਗਏ ਆ ਇਹਨਾਂ ਨੂੰ ਇਹਨਾਂ ਕੀ ਜਗ੍ਹਾ ਬਣਨੀ ਚਾਹੀਏ ਜੀ ਗਰੀਬ ਹੈ ਵਿਚਾਰੇ ਚੱਲ ਮਾੜਾ ਮੋਟਾ ਇਹਨਾਂ ਨੂੰ ਉੱਠ ਬੈਠਣ ਨੂੰ ਰਿਹਾਸ ਹੋਣੀ ਚਾਹੀਏ ਇਹਨਾਂ ਕੀ ਹੋਰ ਆਪਣੇ ਬਤਾਇਆ ਕਹਿਣਾ ਸਾਡੀ ਅਸੀਂ ਲੇਲ ਬਸ ਰਹਿਣ ਵਾਲੀਆਂ ਜੀ ਸਾਡੀ ਆਹ ਦੇਖੋ ਜੀ ਘਰਾਂ ਦੀ ਦੇਖੋ ਕੀ ਹਾਲਤ ਹੈ ਹੈਂ ਅਸੀਂ ਸਾਨੂੰ ਘਰਾਂ ਦੀ ਹਾਲਤ ਸਾਡੀ ਬਹੁਤ ਬੁਰੀ ਹੈ ਦੇਖਾ ਕਾਰਨ ਇਹ ਮੀਂਹ ਕਾਰਨ ਜੀ ਹੈਂ ਕੁਛ ਜੀ ਪਹਿਲਾਂ ਗਰੀਬੀ ਤੇ ਗਰੀਬੀ ਦੇ ਕਾਰਨ ਹੈ ਕੁਛ ਮੀਂਹ ਕਾਰਨ ਹੈ ਹਾਂ ਹੁਣ ਵੀ ਗਰੀਬੀ ਹੋਆ ਜੀ ਪਿੰਡ 'ਚ ਜੀ ਵਾਧੂ ਨੇ ਘਰ ਇਹ ਜੇ 15-20 ਘਰ ਹੋਣਗੇ ਉੱਥੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੀਂਹ ਕਰਕੇ ਸਾਰਾ ਪਿੰਡ ਹੀ ਉਜਾੜੇ ਤੇ ਹੈ ਜਿਨ੍ਹਾਂ ਘਰਾਂ 'ਚ ਪਾਣੀ ਦਾਖਲ ਹੋ ਗਿਆ ਉਹਨਾਂ ਘਰਾਂ 'ਚ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
पर नाल ही सरपंच ने प्रशासन ते भी बड़ा सवाल खड़ा कर दिता। मैं जसविंदर सिंह रिंपी सरपंच पिंड लेल कलां, तुसी देख सकते हो साढ़े लेल कलां पिंड दा सारे ही जल जीवन प्रभावित होया है इस बरसात कारण। यह लगातार 3-4 दिन तो बरसात चल रही सी, तां असी पंचायत ने भी बहुत कोशिश की, मेरे नाल साथियों ने, मेरे पिंड वासियों ने साथ दे के असी घट्टो घट 10-15 पानी वाले जिहड़े पानी खिंचदे ने पक्खे ट्रैक्टरां ते इंजन ला के ड्रेन च सुट्टन की कोशिश की, पर वो कुछ ना कुछ लेवल घटिया जरूर सी पानी दा। पर अज फिर तुसी देख रहे हो हुण बरसात सवेर तो लगातार चल रही है, ये बरसात के कारण ज्यों दा त्यों हालात फिर बन चुके ने। तुसी देख सकते हो 1 दर्जन के करीब साढ़े पिंड के मकान गिर चुके ने। आ हुण भी असी साडा मुंडा हैंडीकैप्ट है मेरे पिंडों, बड़ी मेहनत नाल उसने एक मकान पाया सी, उसके हालात देख सकते हो की हालत हो रही है। डंगर पशुओं वास्ते चारा नहीं रहा, तो हुण भी असी कोशिश की एक पाइपलाइन मेन पाइपलाइन ड्रेन नू जांदी है छप्पड़ तो, उस तो इहदा कनैक्शन देन दी, जे वह कनैक्शन दिता जाए तो यह तकरीबन 15-16 घर ने जिहड़े ये डिगण तो बच जाणगे, नहीं यह किसी टाइम भी ये सारी लाइन मकाना दी गली पूरी बैठ सकती है। ये पाइपलाइन थोड़ा जा चक्कर यह पिया हुआ, पिछे साडा पिंड है जिहड़े छप्पड़ च साडे च पानी आंदा वो पिछले पिंड दा आंदा है, वो थोड़ा जा इतराज जता रहे ने कि जे ये इत्थों दा पानी उस दे विच पाया गया साडा पानी नहीं खिंचना उस पाइपलाइन ने। पर मेरी बेनती है सारयां नूं हथ बन्ह के कि असी पिंड दे सरपंच हाँ, असी किसे नाल वितकरा नहीं करदे, असी बेनती करदे हां पिंड वासियां नूं भी आ के भी उरे आ के तुसी खुद आ के जड़ा के देख लो, जे पानी बैक गया असी कनैक्शन कट देंगे दोबारा, जे ड्रेनेज च गया तां उह बिल्कुल जाना चाहिए। हाँ बिल्कुल प्रशासन नाल साडा तालमेल हुण होया, वो हुण पहुँचने वाले ने साडे कुछ समय दे विच विच, प्रशासन अधिकारी भी BDPO मैडम चले हुए ने, पंचायती JE सैकटरी बाकी महकमे भी चले हुए ने, लगातार असी सवेर तो इस मुद्दे पर चल रहे हैं जदों की बरसात होने लगी है। पर मैं थोनू दसना चाहूँगा कि हुण इस टाइम सानू असी पंचायत वाले भी बहुत कोशिश करके पिंड का पानी कढ़न की कोशिश की, निकलिया भी, पर हुण असी भी थक गए हैं कि प्रशासन साढ़े नाल लग के इत्थे हैल्प करे। दूजे पासे जो प्रशासनिक अधिकारी इलाके के तहसीलदार के नाल गलबात की तो उन्होंने कहा कि त्रेड़ा वाले घर डिग चुके घर का मुआयना किया जा रहा है, जो भी इस मामले में सरकार वालों दिशा निर्देश दिए जाएंगे उसका पालन करदियां घरां दे मालकां नूं मुआवजा दिता जाएगा। हाँ जिथों तक जिहड़े घरां दा नुकसान है इस संबंध में सरकार वालों बकायदा डिटेल्ड हदायतां आउंदियां, उस संबंध में जिहड़े भी अधिकारी की ड्यूटी लगेगी वह मौके पर हर एक घर का नुकसान का जिहड़ा अंदाजा लैके, भावें किसी घर त्रेड़ा ही है, भावें कंध डिगी है, घर भावें कच्चा सी भावें पक्का सी, उस मुताबक वह नोट करके अपना एक असैसमेंट जी है बना के सरकार को भेजेंगे, उस मुताबक जोड़ा है सरकार वालों जो भी पैसा सरकार वालों आएगा वह प्रभावित लोगों को जोड़ा है दिता जाएगा तो अपना जो मकान जोड़ा है बनवा सकते। पर दूजे पासे बीबी रजिंदर कौर पठल के बेटे राहुल इंदर सिंह सिद्धू ने कहा कि अजिहे घर पहुंचे नुकसान तो बाद मुआवजे की कोई तजवीज़ सरकार को नहीं, पर फिर भी मुख्यमंत्री ने पूरे मामले ते चिंता जाहर की दी है अते सरकार वालों जिन्नी मदद हो सकेगी परिवारां दी कीती जावेगी। सैकेंडली जिहड़ी घरां दा इतकी नुकसान होया वह बहुत वड्डा नुकसान है जिहड़ा किसी भी स्कीम के तहत नहीं आउंदा, सो उहदे लई पंजाब सरकार नूं भी बेनती करी है, CM साहब भी उसते बड़े चिंतित ने, तो असी इसते देख रहे हैं भी जे सरकार कहिंदी कोई इन्हां नूं स्पैशल कोई पैकेज दिता जा सके। यही चीज़ों पर सारी गलबात हुई है जी, उन्होंने नोटिस लिया है वो खुद भी देख के गए थे जो सुनाम आए थे तो उन्होंने सारा देखा, सो ही इज़ ऑलसो वेरी वरिड, तो उन्होंने यही विश्वास दवाया भी असी जरूर जो भी थोड़ी जरूरत की लड़ है मुहैया कराई जाओ, सारे प्रशासन को उन्होंने कहा भी उत्थे जाओ जाके जो भी रिक्वायरमेंट है, तो ही सारे जने सू कोपरेशन फिलहाल मिल रही है, सारे महकमे के ऑफिसर साढ़े नाल जाके जिहड़ी भी चीज़ हो रही है असीं मौके पर हल कराने की कोशिश कर रहे हैं। संगरूर तो मनोज मेहता की रिपोर्ट। हुण समस्या भावें कोई भी होवे इधर उधर ना घूमो, पंडित संजीव शर्मा जी करनगे तुहाडी हर समस्या दा समाधान, तुसी रोंदे होए आओगे ते हसते होए जाओगे, जेकर तुहाडा पति प्रेमी जां बेटा किसी दे वस विच है तां ना घबराओ, प्यार विच धोखा खादे प्रेमी प्रेमिका जल्द संपर्क करन, असी तुहाडा प्यार टुटन नहीं देवांगे, परेशानी भावें किसी भी प्रकार की होवे उसका हल जरूर हुंदा है, नतीजा तुहाडियां अखां दे सामने आएगा, जिवें वशीकरण स्पैशलिस्ट, लव मैरिज, कोर्ट कचहरी च जित, विदेश यात्रा, कर्जे तो छुटकारा, पति पत्नी जन बन, कारोबार च काटा, लाटरी नंबर, बीमारी च दवा ना लगना, रुसे प्रेमी प्रेमिका नूं मनाउणा आदि हर समस्या का 100% गरंटी नाल हल।
एक फोन तो हाड़ी बदल सकता है जिंदगी, ता फिर सोचना छोड़ो, आज ही आओ पंडित संजीव शर्मा, फोन नंबर 7719191992।